Thank you.
Thank you.
I'm gonna make it.
I'm not going to be able to do that.
लब लोभ अहंकार तन कृष्णा बहुत नाही भोलना धन्य दिखी वालों की एक मार्ग जाना गुर प्रसादी जिनिया तदया पातना तुम्हारी Thank you.
ਪਰ ਜਨਮ ਪੈ ਜਾਂਦੀ ਹੈ। ਜਿਸ ਤਰ੍ਹਾਂ ਆਸਰਮਾਂ ਦਾ ਪ੍ਰਬੰਧ ਤੁਹਾਨੂੰ ਸਹਿਯੋਗ ਮਿਲਦਾ ਰਿਹਾ, ਪ੍ਰਬੰਧ ਵਿੱਚ ਵੀ ਆਸਾਨੀ ਰਹੇਗੀ ਔਰ ਸਾਰੀ ਸੰਗਤ ਨੂੰ ਮਹਾਂਪੁਰਖਾਂ ਦੇ ਅੰਤਮ ਦਰਸ਼ਨ ਵੀ ਆਸਾਨੀ ਦੇ ਨਾਲ ਔਰ ਸੁਵਿਧਾ ਦੇ ਨਾਲ ਹੋ ਸਕਣਗੇ। ਜੇ ਸੰਗਤ ਵਿੱਚੋਂ ਕਿਸੇ ਨੇ ਜਲਦਬਾਜ਼ੀ ਪ੍ਰਬੰਧ ਕਰਨ ਨੂੰ ਸਹਿਯੋਗ ਦਿਓਗੇ ਕਿ ਸਾਰਾ ਮਹਾਂਪੁਰਖਾਂ ਦੀ ਅੰਤਮ ਯਾਤਰਾ ਦਾ ਇੱਥੋਂ ਥੋੜ੍ਹੀ ਦੇਰ ਤੱਕ ਉਹ ਸਿਲਸਿਲਾ ਪ੍ਰਾਪਤ ਹੋਣਾ ਹੈ, ਆਪਣੀ ਜੀਵਨ ਯਾਤਰਾ ਸਫਲੀ ਕਰਕੇ ਜੋ ਉਹਨਾਂ ਨੇ ਆਪਣੀ ਅੰਤ ਨੂੰ ਆਰਾਮਗਾਹ ਤੱਕ ਪਹੁੰਚਣਾ ਹੈ, ਸਾਹਿਬ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਲ ਨੂੰ ਚਰਨਾਂ ਦੇ ਵਿੱਚ ਪ੍ਰਿਆ ਸਤਿਗੁਰੂ ਗੋਬਿੰਦ ਸਾਹਿਬ ਦੇ ਲਹਿਰਾਂ ਨੂੰ ਜਾ ਕੇ ਕਿਉਂ ਜਲ ਮੈਂ ਜਲ ਆਏ ਦਾਨਾ ਤਿਉਂ ਜੋਤੀ ਸਨ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਨਾਮ ਨਾਨਕ ਪ੍ਰਗਟ ਹੈ ਸਤਿਗੁਰੂ। ਉਹਨਾਂ ਨੇ ਐਸੀ ਵਿਸਰਾਮ ਅਵਸਥਾ ਪ੍ਰਾਪਤ ਕਰਨੀ ਹੈ ਜਿਹਦੀ ਬਾਬਤ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਅਬ ਮੋਹੇ ਜੀਵਨ ਪਦਵੀ ਪਾਈ ਖੁੱਲਿਆ ਕਰਨ ਕਿਰਪਾ ਧਰੀ ਠਾਕੁਰ ਕੀਰਤਨ ਹਰ ਹਰ ਗਾਈ ਸ਼ਮ ਠਾਕਾ ਪਾਏ ਵਿਸਰਾਮਾ ਮਿਟ ਗਈ ਸਗਲੀ ਧਾਰੀ ਅਬ ਮੋਹੇ ਜੀਵਨ ਪਦਵੀ ਪਾਈ ਕੀਤ ਆਇਓ ਮਨ ਪੁਰਖ ਵਧਾਤਾ ਸੰਤਨ ਕੀ ਸਰਨਾਈ। ਮਹਾਂਪੁਰਖਾਂ ਦੀ ਇਹ ਅੰਤਮ ਯਾਤਰਾ ਹੈ, ਆਪਣੀ ਜੀਵਨ ਯਾਤਰਾ ਵੀ ਉਹਨਾਂ ਨੇ ਕਰਨੀ ਹੈ ਸਗਲੀ ਸਗਲ ਸਗਲ ਭਈ ਸਗਲ ਯਾਤਰਾ ਆਵਣ ਜਾਣ ਰਹੇ ਨੇ ਸਾਧਨ ਉਹਨਾਂ ਦੇ ਆਦਿ ਉਹਨਾਂ ਦੀ ਬਦੌਲਤ ਹੋਰ ਵੀ ਬਹੁਤ ਸਾਰੇ ਜਗਿਆਸੂ ਜਿਨ੍ਹਾਂ ਨੇ ਗੁਰਸਿੱਖਾਂ ਨੇ ਆਪਣਾ ਜੀਵਨ ਸਫਲਾ ਬਣਾਇਆ ਹੈ ਜਿਹਨੇ ਇਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਉਜਲੇ ਕੀਤੀ ਤੁਟੀ ਨਾਲ। ਜਿਹੜੀ ਉਹਨਾਂ ਦੇ ਸਰੀਰ ਦੀ ਅੰਤਮ ਯਾਤਰਾ ਦੀ ਥੋੜ੍ਹੀ ਜਿਹੀ ਬਾਕੀ ਰਹਿ ਗਈ ਹੈ ਇਹਦੇ ਵਿੱਚ ਆਪਾਂ ਆਪਣੀ ਵੱਲੋਂ ਪੂਰਾ ਸਹਿਯੋਗ ਦੇਈਏ, ਪ੍ਰਬੰਧਕਾਂ ਨੂੰ ਜੋ ਸੇਵਾਦਾਰ ਉਹਨਾਂ ਨੂੰ ਇੰਸਟਰਕਸ਼ਨ ਦੇ ਹਦਾਇਤਾਂ ਦਿੰਦੇ ਉਹਨਾਂ ਨੂੰ ਫੋਲੋ ਕਰੀਏ ਤਾਂ ਜੋ ਪ੍ਰਬੰਧ ਵਿੱਚ ਵੀ ਆਸਾਨੀ ਦੇ। ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ ਸਾਰੀ ਸੰਗਤ ਨੂੰ ਮਹਾਂਪੁਰਖਾਂ ਦੇ ਖੁੱਲ੍ਹੇ ਅੰਤਮ ਦਰਸ਼ਨ ਵੀ ਹੋ ਸਕਣ, ਕੀਰਤਨ ਇਸ ਤਰ੍ਹਾਂ ਮੁਤਵਾਤਰ ਜਾਰੀ ਰਹੇਗਾ। ਆਪ ਸ਼ਰਧਾ ਔਰ ਪ੍ਰੇਮ ਦੇ ਨਾਲ ਬੈਠ ਕੇ ਇਕਾਗਰਮਨ ਹੋ ਕੇ ਮਹਾਂਪੁਰਖਾਂ ਦੀ ਕਰਨੀ ਕਮਾਈ ਦਾ ਧਿਆਨ ਕਰਕੇ ਸਤਿਗੁਰੂ ਜੀ ਦੇ ਸਤਿਖੰਡ ਪਰਿਵਾਰ ਨੂੰ ਇਸ ਤਰ੍ਹਾਂ ਆਦਮੀ ਕਰਦੇ ਰਹੋ। ਉਹਨਾਂ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। Thank you.
Thank you.
Money.
Thank you.